रीत का फोन आ गया। हेलो, सत श्री अकाल भैने, हो ठीक है? सारे ठीक ने? मासी वर्गे किवें ने? क्यों? अच्छा 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 चल कोई नहीं भैने, तुसी ना बोलियो बाला। चल चंगी गल है भैने, करो। हाँ हाँ ठीक है, वो भी चल कोई गल नहीं भैने, ठीक है चंगा। की कही जाती सी बाजार चलना? हाँ कहनी अच्छा बाजार जानी, अज सूट लेके आनी। लै चल वधिया, इन्ना इतना ना खुशी वाली ते भी खुशी नहीं हुंदी, ये नहीं पता घंटे नू झुंड मजुंडी हो जाण। ओ चल चंगा, तू ना एवें मेरी भैणां नू कही जाया कर कुछ। ओए मैं तां नहीं कहिंदी, माड़ा मोटा मूहरो तुसी भी कह दिया करो वी भाई, बुढ़ी नू मां भी कह लिया करो, सारा दिन बुढ़ी बुढ़ी करी जांदियां, चंगी गल नहीं हुंदी इह। ओ जदों आप सिर चढ़दी है फिर। ओ चल कोई गल नहीं, फिर थोड़ा तां कहण दा फर्ज हैगा, ਉਵੇਂ ਮਗਰ ਚਾਚਾ ਲੱਗਿਆ ਰਹਿੰਦਾ, ਮਾਂ ਲੱਗੀ ਰਹਿੰਦੀ, ਤੁਸੀਂ ਤਾਂ ਸਾਰੇ ਫਿਰ ਐਂ ਹੋ ਜਾਂਦੇ ਹੋ, ਮੈਂ ਤਾਂ ਤੁਹਾਨੂੰ ਬੁਰੀ ਲੱਗਦੀ ਹੈ, ਕਿਸੇ ਸਮੇਂ ਮੇਰੀਆਂ ਗੱਲਾਂ ਯਾਦ ਆਇਆ ਕਰਨਗੀਆਂ ਉਹ। ਨਹੀਂ ਜਿਹੜੀ ਗੱਲ ਸਮਝਾਉਣ ਵਾਲੀ ਹੁੰਦੀ ਆ ਉਹ ਸਮਝਾਉਂਦੇ ਵੀ ਆ, ਜਿਹੜੀ ਗੱਲ ਮੰਨਣ ਵਾਲੀ ਹੁੰਦੀ ਆ ਉਹ ਮੰਨਦੇ ਵੀ ਆ। ਚੱਲ ਕੋਈ ਗੱਲ ਨਹੀਂ, ਹੁਣ ਮੇਰੀ ਗੱਲ ਸੁਣ, ਮੰਮੀ ਹੈਗੀ ਚਾਕੇ ਝੋਲਾ ਰੋਜ਼ ਤੁਰ ਜਾਂਦੀ ਹੈਗੀ, ਹੁਣ ਆਖੇ ਮੈਂ ਚੱਲੀ ਹਾਂ ਨਾਨਕੀ, ਆਉਂਦੀ ਨਹੀਂ 10 ਦਿਨ। ਉਹ ਚੱਲ ਕੋਈ ਗੱਲ ਨਹੀਂ, ਜਦੋਂ ਆਉਣਾ ਹੋਊਗਾ ਆ ਜਾਊਗਾ, ਤੂੰ ਆਪਦਾ ਕੰਮ ਕਰ ਲੈ ਜਾ ਕੇ। ਮੈਂ ਤਾਂ ਕਰਦੀ ਹੈਗੀ ਕੰਮ, ਸਾਰੇ ਕੰਮ ਮੇਰੇ ਸਿਰ 'ਤੇ ਰਹਿ ਜਾਂਦੇ ਨੇ, ਮੈਂ ਦੱਸ ਕੱਲੀ ਕੀ ਕਰੀ ਜਾਵਾਂ। ਲੈ ਗੱਲ ਕਿਸੇ ਦੀ ਬਾਤ ਕਿਸੇ ਦੀ, ਇਹ ਐਵੇਂ ਚਲਾ ਜਾਂਦੀ ਆਪਦੀਆਂ ਵਿੱਚ। ਇੱਕ ਤਾਂ ਨਾ ਗੋਡੇ ਨੇ ਲੈ ਲਿਆ ਜਮਾ ਹੀ, ਆਵਣ ਪੁੱਤ। ਹਾਂ ਚਾਚਾ ਜੀ। ਉਰੇ ਆ ਪੁੱਤ, ਆ ਗਈ। ਉਹ ਫੋਨ ਲਾ ਕੇ ਦੇ ਕੁੜੀਆਂ ਦਾ ਮੈਨੂੰ। ਕੁੜੀਆਂ ਤਾਂ ਹੁਣੇ ਗੱਲ ਹੋ ਕੇ ਹਟੀ ਹੈਗੀ। ਅੱਛਾ ਹੋ ਗਈ ਸੀ ਗੱਲ? ਹਾਂ ਹਾਂ ਇਹਨਾਂ ਨਾਲ ਗੱਲ ਹੋ ਗਈ ਸੀਗੀ, ਕਹਿੰਦੀਆਂ ਅਸੀਂ ਤਾਂ ਬਾਜ਼ਾਰ ਜਾਂਦੇ ਹਾਂ, ਸੂਟ ਸਾਟ ਦਬਾ ਕੇ ਲਿਆਉਂਦਾ ਹਰਜੀਤ। ਅੱਛਾ ਸੂਟ ਲੈਣ ਗਈਆਂ, ਚੱਲ ਫਿਰ ਤਾਂ ਚੰਗੀ ਗੱਲ ਆ, ਮੈਨੂੰ ਤਾਂ ਐਸੀ ਕਿਤੇ ਲੜੀ ਨਾ ਜਾਂਦੇ ਹੁਣ ਜਵਾਕੜੀਆਂ ਨਾਲ। ਲੈ ਤੁਸੀਂ ਵੀ ਹੱਦ ਕਰ ਦਿਓ ਚਾਚਾ ਜੀ, ਪਹਿਲਾਂ ਲੜਨ ਨੂੰ ਉਹਨਾਂ ਦੀਆਂ ਕਿਹੜਾ ਉਹ ਕੁਛ ਲੱਗਦੀਆਂ ਨਹੀਂ, ਆਪਾਂ ਵਿਆਹਤੀਆਂ ਵਰਤੀਆਂ, ਤਾਂ ਹੀ ਤਾਂ ਅਗਲੇ ਕਹਿੰਦੇ ਨੇ ਵੀ ਚਾਚਾ ਤੇ ਮਾਂ ਘਰ ਨਹੀਂ ਵਸਣ ਦਿੰਦੇ, ਕਿਉਂ ਐਵੇਂ ਤੁਸੀਂ ਉਹਨਾਂ ਨੂੰ ਵਾਰੀ ਵਾਰੀ ਐਂ ਕਰੀ ਜਾਂਦੇ ਹੁੰਦੇ ਹੋ? ਉਹ ਨਹੀਂ ਪੁੱਤ ਮੈਂ ਨਹੀਂ ਕਹਿੰਦਾ ਗਾ, ਉਹ ਜਿਹੜੀ ਬੁੜੀ ਆ ਉਹ ਬੈਤਲ ਆ ਉਹਨਾਂ ਦੀ। ਉਹ ਬੁੜੀ ਤਾਂ ਬੈਤਲ ਆ, ਕੋਈ ਗੱਲ ਨਹੀਂ, ਕੁੜੀਆਂ ਆਪਣੀਆਂ ਵੀ ਨਹੀਂ ਘੱਟ, ਕਹੇ ਤਾਂ ਤੁਸੀਂ ਗੁੱਸਾ ਕਰਦੇ ਹੋਗੇ। ਉਹ ਤੂੰ ਤਾਂ ਉਹੀ ਸੋਰੀ ਹੈ, ਮੇਰੇ ਗੱਲ ਪਈ ਜਾਂਦੀ ਆ, ਜਾ ਕੰਮ ਕਰ ਲਾ ਜਾ ਕੇ। ਮੈਂ ਤਾਂ ਕੰਮ ਕਰ ਲੈਣੀ ਆ, ਕੋਈ ਗੱਲ ਨਹੀਂ, ਬਾਹਲੇ ਫੋਨ ਨਾ ਲਾਇਆ ਕਰੋ, ਅਗਲਾ ਕਹਿੰਦਾ ਵੀ ਤੁਹਾਡੇ ਭਾਈ ਫੋਨ ਕਰ ਨਹੀਂ ਉਹ ਕਰਨ ਦਿੰਦੇ, ਹੁਣ ਉਹ ਚੰਗੀਆਂ ਭਲੀਆਂ ਗਈਆਂ ਸੂਟ ਲੈਣ, ਚੱਲ ਕੋਈ ਗੱਲ ਨਹੀਂ। ਚੱਲ ਨਾ ਲਾਵਾਂਗੇ ਭਾਈ। ਉਹ ਸੌਰੀ ਏ ਤੈਨੂੰ ਕੌਣ ਸਮਝਾਵੇ, ਜੋ ਕੰਜਰਾਂ ਨਾਲ ਮੱਥਾ ਲੱਗਿਆ ਤਾਂ ਫਿਕਰ ਕਰਦੇ ਆ, ਉਹ ਬੰਦ ਜੇ ਨੇ ਮੈਨੂੰ ਐਵੇਂ ਫਸਾਤਾ, ਮਾੜਾ ਤਾਂ ਮੈਂ ਸੀ ਜਿਹੜਾ ਉਹਦੇ ਮਗਰ ਲੱਗ ਗਿਆ। ਚੱਲ ਰੱਬ ਭਲੀ ਕਰੇ। ਰਾਜ ਪਹਿਲਾਂ 3 ਵਾਰੀ ਸੁਣਾਇਆ, ਘਰੇ ਆਉਣ ਸਾਰ ਸੁਣਾਤਾ, ਨਾ ਸਾਡੇ ਤੇ ਅਹਿਸਾਨ ਕੀਤਾ ਕੋਈ, ਤਾਂ ਸੁਣਾਵਾ ਨਾ, ਰੋਜ ਤੰਗ ਕਰਦੇ ਆ, ਸੂਟ ਲੈਣਾ ਸੂਟ ਲੈਣਾ, ਕੋਈ ਹੁੰਦਾ 2-4 ਹਜ਼ਾਰ ਦਾ ਲੈ ਲੈ, ਕੋਈ ਗੱਲ ਹੈ ਕਿ 10 ਹਜ਼ਾਰ ਦੇ ਨਾ, ਫਿਰ ਹੋਰ ਗਵਾਂਢੀ ਦਵਾਉਣਗੇ ਸਾਨੂੰ ਸੂਟ, ਮੇਰਾ ਬੰਦਾ ਬਾਹਰੇ ਬੈਠਾ ਕੰਮ ਕਰਦਾਗਾ, ਤਾਂ ਪੈਸੇ ਭੇਜਦਾ, ਸੂਟ ਫੇਰ ਲੈਣੀ ਆ, ਇਹਨੂੰ ਚੁੱਪ ਕਰਾ ਦੇ, ਫਿਰ ਤੁਸੀਂ ਵੀ ਤਾਂ ਇੱਥੇ ਬੈਠੇ ਸੁਣੀ ਜਾਂਦੇ ਹੋ, ਚੱਲ ਜਾਓ ਆਪਣੇ ਕੰਮ। ਮੈਂ ਤਾਂ ਬਾਗ ਜਾਂਦਾ ਖੇਤ, ਇਹਨੂੰ ਚੁੱਪ ਕਰਾ ਦੇ, ਮੈਨੂੰ 70 ਹੋ ਬਿਨਾ ਗੱਲ ਤੋਂ, ਬਹਿ ਜਾ ਮੈਂ ਗਿੱਚੀ 'ਚ ਸਿੱਟੂਗੀ, ਇੱਥੇ ਤੁਰ ਜਾ ਸਿੱਧਾ, ਐ ਨਾ ਬੋਲ, ਮੈਂ ਨਹੀਂ, ਤੂੰ ਚੁੱਪ ਕਰ ਜਾ, ਸਮਝਾ ਦੇ ਇਹਨਾਂ ਨੂੰ, ਇਹ ਪੁੱਤ ਤੂੰ ਚੁੱਪ ਕਰ ਜਾ, ਹਾੜੇ ਤੂੰ ਖੇਤ ਵਗ ਜਾ, ਮੈਂ ਜਾਣਾ ਖੇਤ, ਵਗ ਜਾ ਮੇਰਾ ਪੁੱਤ, ਹਾੜੇ ਨਹੀਂ ਤਾਂ ਉਹਨੂੰ ਬੋਲਦੀ ਨਹੀਂ ਭੈਣ, ਮੁੜ ਕੇ ਮੇਰੇ ਨਾਲ ਕਲੇਸ਼ ਕਰਦਾ ਹੈ, ਮਾਰੂਗੀ ਤੇਰੀ ਗਿੱਚੀ 'ਚ ਇੱਕ ਥੱਪੜ, ਤੂੰ ਵੀ ਉਈਆਂ ਪਾਸਾ ਪਲਟ ਜਾਈ, ਤੂੰ ਚੁੱਪ ਕਰ ਜਾ, ਕੁੜੇ ਇੰਨਾ ਕਾਹਤੋਂ ਬੋਲਦੀ ਹੁੰਦੀ ਹੈ, ਹੁਣ ਤਾਂ ਆਇਆ ਸੀ ਜਵਾਕ ਨਾਲ, ਤਾਂ ਉਹਨੂੰ ਪਾਣੀ ਦੀ ਘੁੱਟ ਪੀਣ ਦਿੱਤੀ, ਨਾ ਮੇਰੀ ਗੱਲ ਸੁਣ, ਫਿਰ ਕੁੜੀਏ ਤੂੰ ਉਹਨੂੰ ਸਮਝਾ ਲਿਆ ਕਰ ਵੀ ਸਾਡੇ ਨਾਲ ਨਾ ਐਵੇਂ ਬੋਲੇ,
ਹੁਣ ਅਸੀਂ ਜੇ ਕਿਸੇ ਗਵਾਂਢੀ ਨੂੰ ਲੈ ਕੇ ਜਾਂਦੇ ਆ ਤਾਂ ਤੁਸੀਂ ਕਹੋਗੇ ਨਹੀਂ ਗਵਾਂਢੀਆਂ ਦੇ ਮੁੰਡਿਆਂ ਨੂੰ ਲੈ ਕੇ ਜਾਂਦੀਆਂ ਨੇ ਘਰ ਦਾ ਬੰਦਾ ਹੀ ਜਾਊ ਇੱਕ ਤਾਂ ਹੈ ਨਹੀਂ ਇੱਕ ਤਾਂ ਘਰੇ ਆ ਨਹੀਂ ਕੋਈ ਗਵਾਂਢੀ ਤਾਂ ਨਹੀਂ ਜਾਂਦੇ ਹੁੰਦੇ ਜਾਊਗਾ ਤਾਂ ਘਰ ਦਾ ਬੰਦਾ ਨਹੀਂ ਚੁੱਪ ਕਰ ਜਾ ਨਹੀਂ ਮੁੜੀਏ ਸੌ ਚੀਜ਼ਾਂ ਲਿਆਣੀਆਂ ਹੁੰਦੀਆਂ ਨੇ ਅਸੀਂ ਤਾਂ ਕਿਤੇ ਜਾਣ ਵੀ ਨਹੀਂ ਦਿੰਦੀ ਕਿਤੇ ਮਰਨ ਵੀ ਨਹੀਂ ਦਿੰਦੀ ਸਾਨੂੰ ਤਾਂ ਨਹੀਂ ਤੂੰ ਸੂਟ ਕੱਢ ਆ ਤਾਂ ਮੈਂ ਦੇਖਾ ਉਹਦਾ ਲੈਟਾਂ ਦੀਆਂ ਤੇ ਪਤਾ ਹੀ ਨਹੀਂ ਲੱਗਿਆ ਹੈਗਾ ਦੇਖੀ ਕਿੰਨਾ ਸੋਹਣਾ ਹੈ ਨਾ ਹਾਂ ਪਹਿਲਾਂ ਮੈਂ ਰੰਗ ਲੈਣ ਲੱਗੀ ਸੀ ਤੂੰ ਤਾਂ ਜੜੀ ਨੀਤ ਸਿੱਟ ਲੈਣੀ ਆ ਗਿਆ ਦੇਖ ਜੁੱਤੀ ਮੇਰੀ ਕਿੰਨੀ ਸੋਹਣੀ ਆ ਹਾਂ ਸੋਹਣੀ ਆ ਇਹ ਹੈ ਨਾ ਜੱਜੂਗੀ ਇਹਦੇ ਨਾਲ ਹਾਂ ਜੱਜੂ ਕਹਿੰਦੇ ਨਾ ਵੈਸੇ ਵੱਧ ਜੱਚਦੀ ਸੀ ਦੇਖ ਲੈ ਜੇ ਤੈਂ ਸਵਾਉਣਾ ਸਵਾਲ ਆ ਫਿਰ ਮੈਨੂੰ ਤਾਂ ਕੋਈ ਨਹੀਂ ਚੱਲ ਕੋਈ ਨਾ ਬਾਅਦ ਚ ਤੂੰ ਟੱਪੇਂਗੀ ਇਹ ਜੀ ਹੋਈ ਆਗੀ ਚੱਲ ਤੂੰ ਅਗਲੀ ਵਾਰ ਲੈ ਆਈ ਫਿਰ ਆਹੋ ਕੋਈ ਨਾ ਚੱਲ ਤੂੰ ਪਾ ਲਾ ਹੁਣ ਐਂ ਕਰੋ ਮੇਰੀਆਂ ਧੀਆਂ ਕੋਈ ਚਾਹ ਪਾਣੀ ਵੀ ਕਰ ਲਓ ਘੁੱਟ ਲੈ ਨਾ ਅਸੀਂ ਤਾਂ ਬਾਹਰੋਂ ਆਏ ਆ ਤੈਨੂੰ ਐ ਨਹੀਂ ਪਤਾ ਹੈਗਾ ਵੀ ਧੁੱਪ ਚ ਗਈਆਂ ਹੋਈਆਂ ਨੇ ਫਿਰ ਫਿਰ ਕੇ ਸਿਰ ਦੁਖਣ ਲੱਗ ਗਿਆ ਜੈ ਰੋਏ ਦਾ ਤੂੰ ਹੀ ਚਾਹ ਦੀ ਘੁੱਟ ਬਣਾ ਕੇ ਰੱਖ ਲੈਂਦੀ ਘਰੇ ਕਿਹੜਾ ਤੂੰ ਇਹ ਗੱਡੇ ਨਾਲ ਜੋੜੀ ਹੋਈ ਸੀ ਨਹੀਂ ਮੈਂ ਵੀ ਕੰਮ ਨਮੇੜ ਕੇ ਹਟੀਆਂ ਹੁਣ ਤੜਕੇ ਆ ਹੁਣ ਮੈਂ ਆਖ ਲੈਣਗੀਆਂ ਚੱਲ ਕਰ ਲੈਣਗੀਆਂ ਚਾਹ ਦੀ ਘੁੱਟ ਤੂੰ ਕਿਹੜੀ ਇੰਨੀ ਬੁੜੀ ਹੋ ਗਈ ਹੈ ਲਈ ਜੇ ਚਾਹ ਦੀ ਘੁੱਟ ਬਣਾ ਕੇ ਰੱਖ ਲੈਂਦੀ ਫਿਰ ਕੀ ਸੀ ਚੁਗਲੀਆਂ ਲਾਉਣ ਨੂੰ ਵੀ ਤਾਂ ਰਹਿਣੀ ਆ ਮੂਰੇ ਤੂੰ ਇੱਕ ਮਿੰਟ ਚ ਮੰਮੀ ਕੰਨ ਭਰ ਦਿੰਨੀ ਆ ਤੂੰ ਤਾਂ ਉਹਦੇ ਨਹੀਂ ਕਿੱਥੋਂ ਭਰਤੇ ਕਰਨ ਹੁਣ ਛੋਟੇ ਨਾਲ ਤਾਂ ਹੋ ਆਇਆ ਮੈਂ ਕੀ ਕਹਤਾ ਉਹਨੂੰ ਮੈਂ ਕੀ ਕਹਤਾ ਕੋਈ ਨਹੀਂ ਫਿਰ ਧਰ ਲਾਂਗੇ ਚਾਹ ਵੀ ਕਿਤੇ ਨਹੀਂ ਕੁਝ ਹੋਇਆ ਅਜੇ ਤਾਂ ਅਸੀਂ ਆਰਾਮ ਕਰਨਾ ਵਾ ਅਜੇ ਤਾਂ ਆਰਾਮ ਕਰਾਂਗੇ ਆਪਦੀ ਪੀਣੀ ਜਾਂ ਧਰ ਲਾ ਹਾਂ ਅਸੀਂ ਆਪੇ ਪੀ ਲਾਂਗੇ ਨਾ ਬਾਗ ਨਹੀਂ ਕੋਲੇ ਤੁਹਾਡੇ ਨਾਲ ਕੌਣ ਜਿੱਤੇਗਾ ਬਾਗ ਨਹੀਂ ਤਾਂ ਨਹੀਂ ਬਾਰੇ ਆਉਣ ਦਿੰਦੀਆਂ ਹੈਗੀਆਂ ਨਹੀਂ ਆ ਜਾ ਸ਼ਰੀਰ ਅਸੀਂ ਇਹ ਚੰਗੀਆਂ ਜਿਹੜੀਆਂ ਉਹ ਕੱਟੀ ਜਾਂਦੇ ਆ ਜੇ ਹੋਰ ਹੁੰਦੀ ਕੋਈ ਕੱਤੀ ਟੰਡ ਫੜੀ ਚੱਕ ਕੇ ਤੁਰ ਜਾਂਦੀ ਹੋਰ ਹੋਰ ਤੁਸੀਂ ਕੱਟੀ ਜਾਂਦੇ ਉਹੜਾ ਬੋਲਣ ਲੱਗੀਆਂ ਵੀ ਨਹੀਂ ਅਕਲ ਬੁੜੀਏ ਬੁੜੀਏ ਸਾਡੇ ਮਾਂ ਪਿਓ ਨੇ ਸਾਨੂੰ ਕੁਝ ਸਿਖਾਇਆ ਆਈ ਕੁਝ ਸਿਖਾਇਆ ਸਾਨੂੰ ਤਾਂ ਬਸ ਨਹੀਂ ਸਾਡੇ ਮਾਂ-ਬਾਪ ਤੱਕ ਦੇਖ ਕਿਵੇਂ ਜਾਂਦੀ ਆ ਜਾਣਦੀ ਨਹੀਂ ਆ ਮੇਰਾ ਸਰੀਕਾ ਕਬੀਲਾ ਨਾ ਮੁੰਡੇ ਵੀ ਹੁਣ ਤੋਂ ਡਰਦਾ ਸੋਨੂੰ ਦੇਖ ਦੇਖ ਕੇ ਵੀ ਕਿਤੇ ਇਹੇ ਜੀਆਂ ਨਾ ਆ ਜਾਣ ਨਾ ਅਸੀਂ ਕਿਹਾ ਤੈਨੂੰ ਰੋਜ਼ ਹੀ ਗੋਡਿਆਂ ਥੱਲੇ ਧਰੀ ਰੱਖਦੇ ਆ ਕੀ ਗੱਲਾਂ ਕਰਦੀਆਂ ਤੂੰ ਨਹੀਂ ਆ ਤੁਸੀਂ ਤਾਂ ਬੋਲਣ ਬੋਲਣ ਨਾਲ ਗੋਡਿਆਂ ਥੱਲੇ ਨਾਲੋਂ ਵੀ ਵੱਧ ਕਰ ਦਿੰਦੇ ਨੂੰ ਮੈਨੂੰ ਚੰਗਾ ਜਾਂ ਚੁੱਪ ਕਰ ਜਾ ਮੈਂ ਆਪਦੇ ਘਰ ਵਾਲੇ ਨਾਲ ਗੱਲ ਕਰਨੀ ਆ ਤੇਰੇ ਨਾਲ ਵੀ ਉਹਨੇ ਕਰੀ ਹੋਊਗੀ ਗੱਲ ਕਹਿੰਦਾ ਸੀਗਾ ਨਹੀਂ ਆਇਆ ਸੀ ਫੋਨ ਕਰ ਲੈ ਗੱਲ ਕਿੱਥੇ ਕਰਦੀ ਆ ਤੂੰ ਐਵੇਂ ਨਾ ਮੱਥਾ ਨਾ ਮਾਰ ਗਾਲੀਆਂ ਤੋਂ ਵੇਲ ਵੇਲੇ ਤਾਂ ਤੂੰ ਗੱਲ ਮੈਂ ਮੈਨੂੰ ਐਂ ਦੱਸ ਬੁੜੀਏ ਮੈਂ ਹੋਰ ਕਿਹਦੇ ਨਾਲ ਗੱਲ ਕਰਦੀ ਆ ਹੋ ਗਈ ਸੀਗੀ ਮੇਰੀ ਗੱਲ ਨਾਲ ਤੂੰ ਵੱਧ ਕੰਨ ਦੇ ਨਾ ਭਰਿਆ ਕਰ ਤੈਨੂੰ ਦੱਸਾਂ ਮੈਂ ਹੋਰ ਹੋਰ ਮੈਂ ਕੰਨ ਭਰਦੀ ਆ ਬੋਲਦੀ ਦੇਖ ਕਿਵੇਂ ਆਏਗੀ ਜਾਂ ਬਹਿ ਜਾ ਹੁਣ ਤੂੰ ਦਿਮਾਗ ਨਾ ਖਰਾਬ ਕਰ ਸ਼ੁਕਰ ਬਣਾਇਆ ਕਰ ਤੈਨੂੰ ਰੋਟੀ ਪਾਣੀ ਮਿਲਦਾ ਤੂੰ ਇਹਨੇ ਸਾਡੇ ਮੂੰਹ ਲੱਗਿਆ ਕਰ ਬਾੜਾ ਬੜੀਆਂ ਗੱਲਾਂ ਮਾਰਦੀ ਰਹਿੰਦੀ ਆ ਫਿਰ ਵਿੱਚ ਬਾਗਰੂ ਤੂੰ ਰੋਟੀ ਪਾਣੀ ਤੋਂ ਵੀ ਗਿਰੀ ਹੋਈਆਂ ਮੈਂ ਰੋਟੀ ਪਾਣੀ ਵੀ ਨਹੀਂ ਦਿੰਦੀਆਂ ਹੁਣ ਮੈਨੂੰ ਬਾਗਰੂ ਬਾਗਰੂ ਮਰ ਜਾ ਸਾਰੀ ਉਮਰ ਦਾ ਘਰ ਬੰਨਿਆ ਆ ਕੁਛ ਸੁਣਨ ਨੂੰ ਮਿਲਦਾ ਬੈਠੇ ਵੇਲੇ ਡਿੰਪਲ ਆਪਾਂ ਡੇ ਤਾਂ ਛੱਡ ਦੇ ਪੁੱਤ ਤੇ ਉਹਨਾਂ ਲੱਗ ਕੇ ਨਾ ਮੜਾ ਰੋਟੀ ਟੁੱਕ ਦਾ ਕਰਾ ਦੇ ਦੋ ਬੰਦੇ ਖੇਤ ਸਪਰੇਅ ਕਰੀ ਜਾਂਦੇ ਨੇ ਤੇ ਉਹ ਮੁੰਡਾ ਦੇਊਗਾ ਗਾਲਾਂ ਹੁਣ ਤਾਂ ਤੁਹਾਡੇ ਤੇ 15 16 ਹਜ਼ਾਰ ਰੁਪਇਆ ਲਾ ਕੇ ਆਇਆ ਉਹ ਰੋਟੀ ਵੀ ਨਹੀਂ ਟਾਈਮ ਨਾਲ ਭੇਜੀ ਨਾ ਤੂੰ 15 16 ਹਜ਼ਾਰ ਮੈਂ ਇੱਕ ਵਾਰ ਕਹਿ ਲਈ ਆ ਰੁਪਇਆ ਤਾਂ 7 ਹਜ਼ਾਰ ਲਾਇਆ ਉਹਨੇ ਪਹਿਲਾਂ 10 12 ਕਹਿੰਦਾ ਸੀ ਤੂੰ 15 16 ਤੇ ਆ ਗਈ ਅੱਧੇ ਵੀ ਘੰਟੇ ਨੂੰ 20 ਤੇ ਆ ਜਾਏਗੀ ਛੋਟੀ ਮੇਰੀ ਗੱਲ ਸੁਣਨੀ ਚੱਕ ਕੇ ਲਿਆ ਕੇ ਬੁੜੀ ਦੇ ਮੱਥੇ ਮਾਰ ਸੂਟ ਆਪਾਂ ਨਹੀਂ ਸਮਾਉਣੇ ਹੈਗੇ ਆਹੋ ਇਹੀ ਕੁਝ ਚਾਹੀਦਾ ਬੀਬੀ ਹੁਣ ਤੈਨੂੰ ਸੂਟ ਲੈ ਕੇ ਤੈਨੂੰ ਹੀ ਪਵਾ ਦਿੰਨੀ ਆ ਜੇ ਬਹਿ ਜੀ ਬੁੜੇ ਦੇ ਕੋਲ ਸੱਜ ਧੱਜ ਕੇ ਸੀਸਾ ਮਾਰ ਕੇ ਬਹਿ ਜੀ ਬੁੜੇ ਮੂਰੇ ਹਾਂ ਜਦ ਵੀ ਦੇਖ ਸੂਟ 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 ਉਹਨੇ ਵੀ ਤੁਸੀਂ ਤਾਂ ਉਹ ਸੂਤੇ ਦੀ ਗੱਲ ਵੀ ਨਹੀਂ ਕਹਿ ਦਿੰਦੇ ਮੈਂ ਸੂਤੇ ਹੀ ਕਿਹਾ ਵੀ ਮੁੰਡਾ ਹੁਣ ਤੁਹਾਡੇ ਤੇ 15 16 ਹਜ਼ਾਰ ਲਾ ਕੇ ਆਇਆ ਜੇ ਉਹ ਫਿਰ ਗਾਲਾਂ ਨਹੀਂ ਇੱਕ ਮਿੰਟ ਮੇਰੀ ਗੱਲ ਸੁਣ ਜੇ ਨਾ ਤਾਂ ਫਿਰ ਕੀ ਲੋੜਾ ਆ ਗਿਆ ਹੁਣ ਇੱਕੋ ਚੀਜ਼ ਦਵਾ ਦਿੰਨੀ ਸਾਰਾ ਮਹੀਨਾ ਤੁਸੀਂ ਸੁਣਾਉਂਦੇ ਰਹਿੰਦੇ ਆ ਚੀਜ਼ ਦਵਾ ਕੇ ਬਾਗਰੂ ਬਾਗਰੂ ਕੁੜਾ ਮੂੰਹ ਤੇ ਬੋਲਣ ਵੀ ਨਹੀਂ ਦਿੰਦੀਆਂ ਮੈਨੂੰ ਜਮਾਈ ਜੇ ਮੁੰਡੇ ਨੇ ਲੱਗੀ ਵੀ ਲੜੂਗਾ ਤਾਂ ਵੀ ਲੜੂਗਾ ਤੂੰ ਕੰਨ ਭਾਦੀ ਉਹਨੇ ਜਾ ਕੇ ਤੂੰ ਤਾਂ ਹੀ ਕੁਛ ਚਾਹੁੰਨੀ ਆ ਕੁੜੇ ਵੀ ਨਹੀਂ ਭਰਦੀ ਕੰਨ ਮੇਰੇ ਨਾਲ ਤਾਂ ਵੱਧ ਤੁਸੀਂ ਭਰ ਦਿੰਦੀਆਂ ਹੋਣੀਆਂ ਬੰਦ ਤੂੰ ਵੀ ਸਾਰੀ ਜ਼ਿੰਦਗੀ ਬੁੜੇ ਤੋਂ ਡਰ ਡਰ ਕੱਟ ਲਈ ਤੂੰ ਹੁਣ ਐ ਕਹਿੰਦੀ ਅਸੀਂ ਵੀ ਸਿੱਤਰ ਖਾਈਏ ਅਸੀਂ ਕੋਈ ਨਹੀਂ ਖਾਂਦੀਆਂ ਗੋਡਿਆਂ ਥੱਲੇ ਧਰਨ ਨੂੰ ਮਿੰਟ ਲਾਉਂਦੇ ਆ ਹਾਂ ਹਾਂ ਤੁਸੀਂ ਤਾਂ ਧਰ ਲਾਉਂਦੀਆਂ ਵੀਰ ਮੈਂ ਉਹ ਕੰਮ ਸਿੱਖੀ ਨਹੀਂ ਮੈਂ ਤਾਂ ਸਾਰੀ ਉਮਰ ਖਾਦੇ ਆ ਸਿੱਤਰ ਤੁਹਾਡੇ ਨਹੀਂ ਚੰਗੀ ਗੱਲ ਆ ਖਾਦੇ ਤਾਂ ਹੋਰ ਖਾ ਲੈ ਜਾ ਚੱਲ ਜਾ ਹੁਣ ਲੇਟ ਨਹੀਂ ਹੁੰਦੀ ਜਾਂ ਕੰਮ ਕਰ ਲੈ ਜਾ ਮੈਂ ਪਲੈਨ ਕਰਦੀ ਆ ਮੈਂ ਆ ਤੁਹਾਡਾ ਕੰਜਰ ਖਾਨਾ ਮੁੱਕੂ ਤਾਂ ਹੀ ਜਾਊਂਗੀ ਉਹ ਕਿਉਂ ਗਾਲਾਂ ਦੇਊਗਾ ਬੈਠਾ ਹੋਊਗਾ ਨੀ ਕਿੰਨੀ ਫਾਫੜਿਆ ਹੱਥੀ ਆ ਬੁੜੀ ਦੇਖ ਲੈ ਤੂੰ ਫਿਰ ਮੈਨੂੰ ਇਹ ਮੇਰੀ ਗੱਲ ਸੁਣ ਤੂੰ ਐਂ ਨਾ ਇਹਨਾਂ ਬੋਲਿਆ ਕਰ ਉਹਦਾ ਐ ਨਹੀਂ ਪਤਾ ਵੀ ਆਥਣੇ ਪੀ ਕੇ ਮੁੜ ਕੇ ਮੇਰਾ ਕਟਾਪਾ ਲਾ ਦੂਗਾ ਉਹ ਨਹੀਂ ਚੰਗਾ ਨਹੀਂ ਬੋਲਦੀ ਤੂੰ ਤਾਂ ਐਂ ਡਰਦੀ ਰਹਿਨੀ ਆਗੀ ਨਾਲੇ ਤੇਰੇ ਹੁੰਦਾ ਤੈਨੂੰ ਕਿਵੇਂ ਹੱਥ ਲਾ ਜੂਗਾ ਆਹੋ ਤੈਨੂੰ ਜ਼ਿਆਦਾ ਪਤਾ ਨਾ ਮੈਨੂੰ ਐਨੀਆਂ ਐਨੀਆਂ ਗੱਲਾਂ ਸੁਣਾਉਂਦਾ ਹੁੰਦਾ ਮੁੜ ਕੇ ਰਾਤ ਨੂੰ ਉਹ ਤੂੰ ਵੀ ਡਰਪੋਕ ਹੀ ਆ ਬਸ ਚੱਲ ਕੋਈ ਨਾ ਨਹੀਂ ਬੋਲਦੀ ਕਰ ਲੈ ਕੰਮ ਜੇ ਆਪਣੇ ਬਾਈ ਨੂੰ ਫੋਨ ਕਰਤਾ ਨਾ ਇਹਨਾਂ ਨੇ ਉਹੀ ਤਾਂ ਤੈਨੂੰ ਤਾਂ ਹੀ ਕਹੀ ਜਾਂਦੀ ਆ ਮੁੜ ਕੇ ਬਾਈ ਰਾਜਬਾਈ ਇੰਨਾ ਬੋਲੂਗਾ ਕਹੂਗਾ ਤੁਹਾਡੇ ਤੋਂ ਟਿੱਕੇ ਨਹੀਂ ਰਹਿ ਜਾਂਦਾ ਤੈਨੂੰ ਪਤਾ ਨਾਲੇ ਉੱਥੇ ਜਾ ਕੇ ਆਪਣਾ ਜੀਵ ਨਹੀਂ ਲੱਗਦਾ ਹੁੰਦਾ ਹਾਂ ਤਾਂ ਹੀ ਤੈਨੂੰ ਕਹਿਣੀ ਆ ਯਾਰ ਨਾ ਬੋਲਿਆ
ਮੁੰਡਾ ਖੇਤ ਲਾ ਕੇ ਗਿਆ ਸੀ ਉਹਨਾਂ ਨੂੰ ਲੈ ਗਿਆ ਮੰਡੀ ਅਕੇ ਮੈਂ ਲੀੜੇ ਦਬਾ ਕੇ ਲਿਆਉਣਾ ਵਿੱਚ ਫਸਦਿਆਂ ਤੂੰ ਆਪੀ ਨਾ ਕਰਨ ਇੱਧਰ ਆ ਕੇ ਕਰ ਲਿਆ ਕਰ ਆਪਦਾ ਤੇ ਕਿੱਥੋਂ ਕਰਦੀਆਂ ਨੇ ਮੈਂ ਤੈਨੂੰ ਦੱਸੀ ਤਾਂ ਜਾਂਦੀ ਆ ਜੇ ਰੋਟੀਆਂ ਨੂੰ ਕਿਹਾ ਸੀ 100-100 ਕੁਛ ਬੋਲੀਆਂ ਮੈਨੂੰ ਪਹਿਲਾਂ ਮੁੰਡੇ ਨੂੰ 100-100 ਕੁਛ ਬੋਲੀਆਂ ਉਹ ਭੁੱਖਣ ਪਾਣ ਐਂ ਖੇਤ ਨੂੰ ਤੁਰ ਗਿਆ ਨੂੰ ਚਾਦੀ ਕੁੱਟ ਵੀ ਨਹੀਂ ਕਰਕੇ ਦਿੱਤੀ ਹੈਗੀ ਲੈ ਜਦੋਂ ਉਹ ਕਹਿੰਦੀਆਂ ਸੀ ਬਾਗਲ ਦੀ ਕੁੰਡੀ ਨਹੀਂ ਖੋਲਦੀਆਂ ਫਿਰ ਤੈਨੂੰ ਉੱਧਰ ਫਸਣ ਦੀ ਕੀ ਲੋੜ ਹੈ ਤੂੰ ਰਿਆ ਕੇ ਕਰ ਲੈਣਾ ਕੰਮ ਕਰਨਾ ਵੇ ਮੈਂ ਕੀ ਕਰਾਂ ਮੈਂ ਲੜਾਈ ਮਟਿਆਉਂਦੀ ਆ ਲੜਾਈ ਵੱਧਦੀ ਲੋਕ ਤਮਾਸ਼ਾ ਦੇਖਦੇ ਨੇ ਤਾਂ ਹੀ ਸਿਰ ਚੜਾਈਆਂ ਨੇ ਭੁਗਤਲਾ ਹੁਣ ਵੇ ਮੈਂ ਕੀ ਸਿਰ ਚੜਾਈਆਂ ਨੇ ਸਾਰੀ ਮੈਂ ਸਿਰ ਚੜਾਏ ਨੇ ਇਧਰੋਂ ਤੂੰ ਖਾਣ ਨੂੰ ਪੈਂਦਾ ਉਧਰ ਉਹ ਪੈਂਦੀ ਆ ਮੇਰੀ ਤਾਂ ਕੋਈ ਜੂਨ ਨਹੀਂ ਹੈਗੀ ਆ ਹੁਣ ਝੋਲੇ ਚੱਕੀ ਆਉਂਦੀਆਂ ਸੀ ਇਧਰੋਂ ਕੀ ਸੀ ਉਹਨਾਂ ਕੋਲੇ ਤੈਨੂੰ ਦੱਸੀ ਤਾਂ ਜਾਂਦੀਆਂ ਵੀ ਸ਼ੂਟ ਦਵਾ ਕੇ ਲਿਆਇਆ ਖਾਨੀ 10 ਲਾਇਆ ਕਿ 12,000 ਲਾ ਕੇ ਆਇਆ ਜੇ ਤਾਂ ਪਤਾ ਹੋਵੇ 10,000 ਬਣਦਾ ਕੰਮੇ ਫਿਰ ਤਾਂ ਕਾਹਨੂੰ ਐ ਕਰਨਾ ਹੁਣ ਕੀ ਕਹੀਏ ਭਾਈ ਕੁਛ ਨਹੀਂ ਕਹਿ ਸਕਦੇ ਮੈਂ ਤਾਂ ਕਿਸੇ ਮੂਹਰੇ ਨਹੀਂ ਬੋਲ ਸਕਦੀ ਨਾ ਮੈਂ ਉਹਨਾਂ ਮੂਹਰੇ ਬੋਲ ਸਕਦੀ ਹਾਂ ਨਾ ਮੈਂ ਤੇਰੇ ਮੂਹਰੇ ਬੋਲ ਸਕਦੀ ਹਾਂ ਮੈਂ ਤਾਂ ਧੰਦਾ ਕਰਨ ਵਾਲੀ ਹਾਂ ਗੋਲ ਪਣਾ ਤੁਹਾਡਾ ਉਦਾਂ ਦੀ ਕਰੀ ਜਾਂਦੀ ਹਾਂ ਹੁਣ ਕਰੀ ਜਾਊਂ ਬੁਢੇਪੇ ਵਿੱਚ ਮਿੰਨ ਕਰੀ ਜਾਂਦੀ ਉਹਨਾਂ ਮੂਹਰੇ ਗੁੱਤਨੀ ਚ ਨਹੀਂ ਮਾਰਦੀ ਮੈਨੂੰ ਚੱਕਣੀ ਪਊਗੀ ਡਾਂਗ ਆ ਇੱਕ ਉਹਨਾਂ ਦੀ ਮਾਂ ਤੀਜੇ ਦਿਨ ਲਾ ਲੈਂਦੀ ਆ ਫੋਨ ਰੋਜ਼ ਉਹਨੂੰ ਕਹਿ ਨਹੀਂ ਸਕਦੀ ਤੂੰ ਵੀ ਸਾਡਾ ਘਰ ਖਰਾਬ ਕਰਦੀ ਆ ਤੂੰ ਕੀ ਕਹਾਂ ਆਪ ਹੀ ਮਾੜੇ ਵੱਜਦੇ ਆ ਜੇ ਕਹਿੰਦੇ ਆ ਉਹ ਕਿੱਥੇ ਸੁਣਦੇ ਨੇ ਉਹਨਾਂ ਨੇ ਤਾਂ ਫੋਨ ਲਾਉਣਾ ਹੀ ਲਾਉਣਾ ਅੱਖ ਨੂੰ ਨਹੀਂ ਪਤਾ 10 ਵਾਰੀ ਲਾਉਂਦੀਆਂ ਨੇ ਫੋਨ ਸਾਰੀ ਮਾੜੀ ਮਾੜੀ ਗੱਲ ਖਾਧਾ ਵੀ ਪੀਤਾ ਵੀ ਉਹਨਾਂ ਨੂੰ ਦੱਸਣਾ ਹੀ ਦੱਸਣਾ ਅੱਜ ਅਸੀਂ ਆ ਖਾਧਾ ਅਸੀਂ ਆ ਪੀਤਾ ਕੋਈ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਪੁੱਤਰ ਕਿਤੇ ਆਖਣਗੇ ਚਾਚੀ ਦਾ ਫੋਨ ਹੈ ਕਿਤੇ ਮਾਂ ਦਾ ਫੋਨ ਹੈ ਸਾਹਮੋ ਫਿਰ ਆਵੇ ਡੰਗਰ ਪਸ਼ੂ ਮੈਂ ਤਾਂ ਆਪਦਾ ਖੇਤ ਗੇੜਾ ਮਾਰ ਕੇ ਆਉਣਾ ਚੱਲ ਵਗ ਜਾ ਮੈਂ ਰਲਾਉਣੀ ਆ ਹਰਾ ਓਏ ਆ ਕਿਹਦਾ ਆ ਗਿਆ ਫੋਨ ਹੈਲੋ ਹਾਂ ਕੀ ਹੋ ਗਿਆ ਅੱਛਾ ਆਉਂਦੀ ਨਹੀਂ ਫਿਰ ਤੂੰ ਉਹ ਮੈਂ ਕਹਿੰਦਾ ਆ ਜਾਂਦੀ ਤੂੰ ਘਰੇ ਕਿਹੜਾ ਸਰਦਾ ਗਾ ਆਪਣਾ ਅਮਨ ਹਾਂ ਅਸੀਂ ਕਰਾਉਣਾ ਗੱਲ ਅਮਨ ਭਾਈ ਆਪਦੀ ਮਾਂ ਨਾਲ ਗੱਲ ਕਰੀ ਕੀ ਕਹਿੰਦੀ ਆ ਮਾਂ ਪੁੱਛ ਲਾ ਭਾਈ ਕੀ ਕਹਿੰਦੀ ਆ ਹੈਲੋ ਅੱਛਾ ਕੀ ਹੋ ਗਿਆ ਮਾਂ ਚੱਲ ਫਿਰ ਕੋਈ ਨਹੀਂ ਰਹਿ ਪਾ ਹੋਰ ਮੈਨੂੰ ਤਾਂ ਪਹਿਲਾਂ ਪਤਾ ਸੀ ਮਗਾ ਮਾਂ ਨੇ ਆਉਣਾ ਨਹੀਂ ਚੱਲ ਠੀਕ ਹੈ ਕੋਈ ਗੱਲ ਨਹੀਂ ਚੰਗਾ ਠੀਕ ਹੈ ਚੰਗਾ ਕਿਹਦਾ ਫੋਨ ਆਇਆ ਪਿਆ ਸੀ ਉਹ ਮਾਂ ਦਾ ਫੋਨ ਸੀਗਾ ਪਤਾ ਤਾਂ ਹੈਗਾ ਤੁਹਾਨੂੰ ਛੋਲਾ ਜਾ ਕੇ ਤੁਰ ਜਾਂਦੀ ਆ ਆਉਂਦੀ ਹੈ ਨਹੀਂ ਮੁੜਦੀ ਉਹ ਚੱਲ ਕੋਈ ਗੱਲ ਨਹੀਂ ਇਹਨਾਂ ਹੀ ਤਾਂ ਇਹੀ ਕੰਮ ਰਹਿਣਗੇ ਯਾਰ ਮਾਂ ਦਾ ਤਾਂ ਸਰੇ ਹੀ ਪੈਗਾ ਇਹ ਤਾਂ ਦੂਏ ਦਿਨ ਝੋਲਾ ਚੱਕ ਕੇ ਤੁਰ ਜਾਂਦੀ ਹੈਗੀ ਤੂੰ ਆ ਮੋਬਾਈਲ ਜਾਂ ਧਰ ਪਾਸੇ ਤੇ ਰੋਟੀ ਪਕਾ ਕੇ ਦੇ ਭੁੱਖ ਬਹੁਤ ਲੱਗੀ ਪਈ ਹੈ ਮੈਨੂੰ ਮੈਂ ਤਾਂ ਪਕਾ ਦਿੰਦੀ ਆ ਰੋਟੀ ਸੰਜ ਤਾਂ ਮੈਂ ਪਹਿਲੇ ਹੀ ਗਈ ਸੀ ਮੈਂ ਕਿਹਾ ਬਾਬਾ ਵੀ ਬੋਲਣ ਲੱਗ ਗਿਆ ਕਿਹੜਾ ਆਊਗੀ ਉਹ ਹੋਰ ਇਹ ਤਾਂ ਰੋਜ਼ ਦਾ ਕੰਮ ਹੈ ਭਾਈ ਇਹ ਕਹਿੰਦੇ ਨਹੀਂ ਜੇ ਕਹੋਂਦਾ ਫਿਰ ਉਹ ਹਟ ਵੀ ਜਾਵੇ ਉਹ ਕੀ ਕਹੀਏ ਹੁਣ ਸਿਆਣੇ ਬੈਣੇ ਬੰਦੇ ਨੂੰ ਰੋਜ਼ ਟੋਕਦੇ ਵੀ ਨਹੀਂ ਚੰਗੇ ਲੱਗਦੇ ਚੱਲ ਚੰਗਾ ਭਾਈ ਆਪਾਂ ਕੁਛ ਚੱਲ ਮਾਤਾ ਚੱਕ ਲਿਆ ਉਹਨੇ ਆਪੇ ਪਕਾਉਣੀ ਰੋਟੀ ਚੱਕ ਲਿਆ ਯਾਰ ਡੈਂਪਲਾ ਹਾਂ ਹਾਂ ਮਾਂ ਲਿਆਈਆਂ ਸੀ ਸੂਟ ਤਾਂ ਸੀ ਬਾਲੇ ਸੋਹਣੇ ਸੂਟ ਸੀਗੇ ਮੈਨੂੰ ਤਾਂ ਹਰੇ ਰੰਗ ਦਾ ਸੂਟ ਪਸੰਦ ਆਇਆ ਸੀ ਆ ਤੇਰੀ ਛੋਟੀ ਪਹਿਲਾਂ ਤੋਂ ਹੀ ਮੇਰੀ ਚੀਜ਼ ਤੇ ਨੀਤ ਧਰ ਲੈਂਦੀ ਆਗੀ ਆਪ ਹੀ ਮੇਰ ਮਾਰ ਕੇ ਬੈਠ ਗਈ ਚੱਲ ਮੈਂ ਕਿਹਾ ਕੋਈ ਨਾ ਹਰੇ ਰੰਗ ਦਾ ਤਾਂ ਮੇਰੇ ਪਾਇਆ ਵੀ ਹੋਇਆ ਹੁਣ ਮੈਂ ਤਾਂ ਪੀਚ ਕਲਰ ਦਾ ਲੈ ਕੇ ਆਈ ਹਾਂ ਅੱਛਾ ਆਉਂਦੀ ਨਹੀਂ ਹੈਗੀ ਹਜੇ ਤੂੰ ਦੋ ਦਿਨ ਚੱਲ ਕੋਈ ਨਾ ਬੁੜਿਆ ਹੀ ਤੈਨੂੰ ਪਤਾ ਚੱਲ ਕੋਈ ਨਾ ਕੋਈ ਨਾ ਬੁੜੀ ਕਹਿੰਦੀ ਬੁੜੀ ਨੂੰ ਸੂਟ ਲਿਆ ਕੇ ਦਿੱਤਾ ਦੱਸ ਦੇ ਕਿੰਨਾ ਮੱਚਦੀ ਸੀ ਉਹ ਤਾਂ ਮੱਚੀ ਪਈ ਸੀ ਕੋਲੇ ਹੋਈ ਜਮਾ ਹੀ ਸਿਰ ਤੋਂ ਲੈ ਕੇ ਪੈਰਾਂ ਤੱਕ ਹੀ ਭੁੱਜ ਕੇ ਖੇਲੀ ਬਣ ਗਈ ਸੀਗੀ ਉਹਨੂੰ ਲਿਆ ਕੇ ਦਿੰਨੇ ਆ ਸੀ ਸੂਟ ਕਿਉਂ ਲਿਆ ਕੇ ਦਈਏ ਅਸੀਂ ਆਪਦੇ ਹੀ ਬਥੇਰੇ ਮਹਿੰਗੇ ਲਿਆਈਆਂ ਸੁੱਖ ਨਾਲ ਤੈਨੂੰ ਪਤਾ ਸਾਡੇ ਪਾਏ ਹੋਏ ਸੋਹਣੇ ਲੱਗਦੇ ਨੇ ਇਹ ਡੱਕਿਆ ਹੀ ਆਉਂਦਾ ਨਹੀਂ ਆ ਮਾਂ ਨਹੀਂ ਸੁੱਕੜ ਜਿਹਾ ਡੱਕਿਆ ਆ ਗਿਆ ਨਹੀਂ ਅੱਜ ਕੱਲ੍ਹ ਮੈਂ ਕਦੋਂ ਨਾ ਸਾਨੂੰ ਬੋਲ ਮਾਰੀ ਜਾਂਦਾਗਾ ਕੁੱਤਿਆਂ ਨੂੰ ਭੋਗੇ ਸੁਣਦਾ ਹੀ ਜਾ ਕੇ ਕੰਨ ਨਾਲ ਸੁਣ ਲਾ ਕੇ ਬਹਿ ਨੇ ਪੇਕੇ ਤੂੰ ਬੜਾ ਖਿਆਲ ਰੱਖ ਲੈ ਕੋਈ ਖੇਡਦਾ ਵੀ ਦੋ ਜਣੇ ਰੋਟੀ ਨਹੀਂ ਸੁੱਥੋ ਸਰੀ ਨਾ ਫਿਰ ਕੀ ਹੋ ਗਿਆ ਜੇ ਅਸੀਂ ਆਪਦੀ ਮਾਂ ਨਾਲ ਗੱਲ ਕਰਦੀ ਤੂੰ ਹੀ ਟੱਪੀ ਜਾਂਦਾ ਹੁੰਦਾ ਸਾਰਾ ਦਿਨ ਹੀ ਗੱਲ ਮੈਂ ਮਾਂ ਨੂੰ ਫੋਨ ਕਰਨ ਨਹੀਂ ਕਰਦਾ ਗੱਲ ਮੈਂ ਖੇਤ ਰੋਟੀ ਦੀ ਕਰਦਾਗਾ ਨਾ ਜਦੋਂ 15-18 ਤਾਂ ਰੋਟੀਆਂ ਬਣਾ ਕੇ ਭੇਜੀਆਂ ਨੇ ਤੁਸੀਂ ਤਿੰਨ ਬੰਦਿਆਂ ਦਾ ਹੁਣ ਢਿੱਡ ਨਹੀਂ ਭਰਿਆ ਉਹਦੇ ਨਾਲ ਬੰਦੇ ਦਾ ਬਹਿ ਜਾ ਮੈਥੋਂ ਐਵੇਂ ਹੀ ਸੱਤਰ ਖਾਲੀ ਲੈ ਦੇ ਕੀ ਕਹੀ ਜੇ ਆਹ ਆਹ ਤੁਸੀਂ ਸੱਤਰ ਮਾਰ ਬਹਿ ਜਾ ਜੱਪਾ ਕੇ ਮੇਰੀ ਗੱਲ ਸੁਣ ਲੈ ਇੱਕ ਬਹਿ ਜਾ ਤੂੰ ਬਣਾਈ ਨਾ ਚੱਲ ਨਹੀਂ ਤੂੰ ਕੋਈ ਡੱਬੀ ਨਹੀਂ ਆ ਫਿਰ ਤੁਸੀਂ ਵੀ ਤਾਂ ਆ ਕੇ ਇੰਨਾ ਬੋਲੀ ਜਾਂਦੇ ਮਾਈ ਨਾਲ ਹੀ ਗੱਲ ਕਰਦੇ ਸੀ ਹੋਰ ਕਿਹਦੇ ਨਾਲ ਕਰਦੇ ਸੀ ਫਿਰ ਇਹ ਕਿਉਂ ਬੋਲਦੀ ਤੂੰ ਬੋਲ ਪੈ ਫਿਰ ਉਹ ਤਾਂ ਬੋਲੂਗੀ ਤੁਸੀਂ ਮੈਨੂੰ ਬੋਲੀ ਜਾਂਦੇ ਹੋ ਨਾ ਬੋਲਦਣ ਨੂੰ ਮੈਂ ਜਾਣਦਾ ਇਹਨੂੰ ਨੰਗਾ ਦੇ ਹੂੰ ਕੀ ਹੈ ਕਿੱਥੀਆਂ ਮੰਗੇਗੀ ਪਰ ਫਿਰ
अपने मगर पै गए अपनी बेइज्जती हो जूगी उत्थे तड़के चलांगे आपां की सही कहंदी आ तैनू की पता भाई ओ पैसे जे ने बंदे जिहड़े जमा मारदे ने कुड़ियां नूं कुट के किधरे नहीं मारदे अपनियां कुड़ियां भी घट नहीं हैगियां कोई गल नहीं आप ही तड़के नूं गल ठंडी हो जाऊ तत्ते का गल बाजिया नहीं हुंदी आ मेरी गल मन लो मैं चंगे नूं कहनी आ चाचा तुहानूं निकलूगा घंटे बाद इको जे हो जाते इतने ले आओगे मुड़ के दो महीने तीन तीन महीने इतने बैठकर रहनिया गल बद जाती होंगी है और नहीं बदूगी भाई ए की पता कुड़िया तो नहीं मरवाणी मैं उत्थे ना जाओ तुसी मैं आप जाना गा ओही गल्लां कर दो तुसी असी तो की गल्लां करनियां नेगियां मैनू तो की है घर उजड़ जूगा कुड़ियां दा
बसंत असल में तुम नहीं देंगे वो तो बैठी ब माँ दे गई होगी उन्होंने बत्तियां भी ए कर लो सारा दिन फोन आने तो घर बट रखे कुड़िया ने एक दिन पछताओगे तुम तेरे तो कालजे आप ही होना पता नहीं लगता कोल खड़ के सानू कटवाउनी है तेन तो शर्म नहीं आउंदी बिना गल तो सिर चढ़ती है कोई हटा नहीं है जो जी करता है कुट लेंगे कुछ कुछ बोल देंगे सानू नंग दसदे ने स्पीकर ला लो कोठे ते कोई नहीं स्पीकर ही ला लेंगे चुप कर जा नहीं तू बुढ़िया तू तो चुप ही रह तू तो ऐ कहना जिवें बुढ़ी ने तेरे तो हड्ड कटा लिया सी भी तेरे मुंडे ने नहीं कटाई जी सातो सूतो नहीं कटाया हुंदे गिठ दी जवान लगी है भाई छोटे बड़े हिसाब ना बोलया करो ना छोटे कड़ा इन्नी के लगी है छोटे नहीं गिठ दी जवान लगी है तो तोड़ा साडे मुंडा लग गया इन्नी गल इना कोले बस कर तू हाथ बना कर तू अंदर लग जा मैं तू बन्नी नहीं हाथ जेने सुतरा नहीं कर सकता तेरा दिया ना बुढ़िया तेनु दस दंदियां पता तेरा मोर बना के छड़ दियां तीजे दिन ओहो मड़ी खुरक जी करके तुर जांदे तजना करदे थौला ना चुप कर जा हां अगे देख ले देख ला थौला मैनू ही करना बू नहीं कुछ करदा कोई नहीं तू ए ना सोची तेरे गोडे तोड़ के बेचारे नू ती ना किद्दा गल करन दी अकल ते है ही नहीं पर उत्ते नहीं कहंदे ने नोहा माड़ियां ने बुढ़े ऐ बोलदे हुंदे ने नोहा नु कोई नहीं ओ आगे मेरे चाचा ओ चल कुड़ियो चक्को करा झोला चल गई आपा ए राजपूत मेरी गल सुन ले तू मेरी सुन ले चाचा कोई गल नहीं होई पुत बस माड़ी मोटी गल तां घरां च हुंदी रहदी है कोई कुट्टियां नहीं कोई मारियां नहीं माड़ी दी गल ते चक के फोन कर दंदियां ने बस भाहां दा मारी जांदियां तेरे सामने कुट्टियां क्यों नहीं इह हुण वीरे बुढ़ा भी ऐ कहदा सी कहना तोड़े दा बही हड्ड तोड़ूंगा कहना तुसी इदां तो सिद्धियां हुंदियां तू चुप कर जा पटमेड़ दी जड़ तां तू ही आ मैं कित्थों आ पटमेड़ दी जड़ माड़ा सोच समझ के तुर पिया करो सानू तां पुछ लैंदे इहनां ते फोन करते ओदी आ जांदे भज के तुसी तां तुसी कुड़ियां नूं मारी चलो ते असी सोच समझ के चले करिए हैं कुछ नहीं मारिया इहनां ते कख नहीं मारिया मैं तां मुंडे ने हड्ड लाएगा चलो कुड़ियो चक्को झोला चलो कर चलिए मैं सोच के हाथ बांधी आए ना करो छड़ दो इना जा छोटी झोला चक के लेके आ जा चक्कर चक्कर नहीं हाथ हाथ बना लो बन्नी आ भाई हाथ हुना मैं जाके एसएसपी दे पेश करके दाज दा केस कढौना मुंह तोड़ा एंड जी लोट आवे की ड्राबे देना सानू ओ कादे ड्राबे देना ड्राबे तो आज दत्ते नहीं ओ बैठे भी गल कर सकदा सी बैठे लसना छोटे बहोन वाले की लक्षण की माड़े लक्षण ने साडे आ देख ला जमे चावर चावर बोली जांदी है ओ लहू पीर के साधा बंद करके साडा ओ चुप कर चाचा मासना थोड़े घर कुड़ी बसाउन दे नहीं हैगे तुसी तां आप हथी जड़ी जांदे हो असी लेके जांदे कुड़ियां नु आपियां नु बसाउन दे क्यों नहीं कदों तक बन्नी जांदी है ओ आ एवें बन्नी जांदी है चलो कुड़ियो चक्को समान करे चल गई आओ चलो चलो देख ला चलो चलो ਉਹ ਨਹੀਂ ਕਚਹਿਰੀਆਂ 'ਚ ਮਿਲਾਂਗੇ ਕਹ ਬਸ ਬਸ ਤੂੰ ਜਾ ਆਪਣੇ ਲੱਪੜ ਮਾਰੂ ਮੈਂ ਅੰਦਰ ਜਾ ਰਹਾਂ ਉਹਨਾਂ ਦੀ ਮਿੱਤਾ ਕੀ ਜੇ ਉਹ ਪਹਿਲੇ ਦਿਨ ਹੀ ਤਾੜ ਕੇ ਰੱਖੇ ਨੇ ਤਾਂ ਕਰੂੰ ਆਹ ਗੱਲਾਂ ਹੁੰਦੀਆਂ ਮੇਰੀਆਂ ਨੂੰਹਾਂ ਉਹ ਤਾਂ ਲਾਡ ਲੀਆਂ ਰੱਖ ਲੀਆਂ ਮੈਨੂੰ ਕੀ ਪਤਾ ਸੀਗਾ ਮੈਂ ਤਾਂ ਸਾਰੇ ਸ਼ੌਂਕ ਪੂਰੇ ਕਰਦੀ ਸੀਗੀ ਮੈਨੂੰ ਕੀ ਪਤਾ ਸੀ ਮੇਰੇ ਨਾਲ ਐ ਕਰਦੇ ਕੀ ਜਾਏ ਖੇਤਾਂ 'ਚ ਸਿੱਟਣੇ ਸੀ ਜਾ ਕੇ ਉੱਥੇ ਮੁੰਡੇ ਦੇ ਨਾਲ ਕੰਮ ਕਰਦੇ ਆ ਗੱਲਾਂ ਨਹੀਂ ਹੁੰਦੀਆਂ ਸੀ ਅੱਜ ਹੁਣ मासी बहुत समझाया मेरी गल ही नहीं सुनी किसी ने चल मैं मान दी मैं पता हां सही गल है तड़के गल ठंडी पै जाती और फिर हाँ फिर इन्होंने तो मगर लगना पैंदा मासी चाचा हटे अड़ी कहिंदा चल 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 कोई नहीं फिक्र ना करो मासी कोई नहीं एक दो दिन चल कोई नहीं छड़ जाएंगे हाँ सही गल है हूँ तो चल भाजी की भी गलत गल है पीनी नहीं चाहिंदी हाँ माड़ी मोटी पी के को तो मान दिया थोड़ा तो की कसूर है अच्छा अच्छा हाँ फिर तो पहुँचने वाली ने हूँ बावट हाँ हाँ अच्छा अच्छा चल कोई नहीं मासी मासी मैनू लगता गेट च आ गए
चल कोई नहीं फिर मेरे नाल केस करनगे चंगा मैं फिर गल करूंगी कोई नहीं मैं समझाऊंगा उन्हें चंगा चंगा आ जाओ आ जाओ ना खड़ी हो कुड़ियों को पानी पुनी पिया हां फिर सासरीकार ठीक है बैठो मैं पानी लियो नहीं जुत्ती आला लफाफा नहीं है कोई ना कुछ नहीं हुंदा है और भाभी ठीक है तू हां ठीक है मैं की गल हो गई सी बस भाभी तेनू नहीं पता सन दोनों ने पूरा हाल किया पिया कुट कुट के साडे तां गले भी बैठ गए असीं की करिए जवाब रोटी रोटी पका के खवा के रख चल ठीक है कोई नहीं ना भाभी ऐसी नहीं रोटी खांदियां क्या रोटी क्यों नहीं खानी रोटी तो खा लो हुन फिर लड़ाई झगड़ा तो हुंदे ही रहंदा दूध पी लंगे हां बस भाभी तू ना एक एक गिलास च दूध दे विच ना एक एक चमचा मलाई दा पा दी मीठा पा दी थोड़ा छोड़ा रोटी खान ता साडा जम्मा नहीं जी करदा चल कोई नहीं चंगा दूध पी लो कोई दूध तां बधेरा पै सुखना बैठो करो करना मैं भी गुरुद्वारे मत्था टेक आऊं चल कोई नहीं हुन तां अद्धी रात गुरुद्वारे की हैगा चंगा भाग जा चाचा मेनू तो राह दे विच दीप फोन करी जांदा सी मैसेज करी जांदा सी कहंदा इत्थे ही रहो हुण इत्थे आउण दी कोई लोड़ नहीं ऐसी नहीं आउंदियां हां इत्थे ही रहो चल कोई नहीं माड़े मोटे ठंडिया रहा करो तैनूं नहीं पता भाभी तैनूं नहीं पता जल्दी देखदा इक तां हले बाहरे गया होया इक्को ही नहीं मां नूं सुक्की हड्डी हां देख ले मेरे मुंह ते चपेड़ मारी सी जल्दी देखदा इहदी गुत्त फड़ के घुमा दिंदा मेरे मारदा भी मैं तेतों वड्डियां भोरा शर्म कर ला ਇਹ ਤਾਂ ਉਹਦੀ ਗਲਤ ਕਰ ਲੈ ਗਈ ਕੋਈ ਗੱਲ ਨਹੀਂ ਆਪਾਂ ਆਰਾਮ ਨਾਲ ਗੱਲ ਕਰ ਲਾਂਗੇ ਐਵੇਂ ਰੌਲਾ ਨਾ ਪਾਓ ਆਣ ਗਮਾਣ ਚ ਨਾ ਦੱਸਿਓ ਵੀ ਲੜ ਕੇ ਆਈਆਂ ਅਸੀਂ ਕਾਹਨੂੰ ਦੱਸ ਦਿਆਂ ਅਸੀਂ ਕਾਹਨੂੰ ਦੱਸ ਦਿਆਂ ਕਹਿ ਦਾਂਗੇ ਤੂੰ ਹੀ ਰਹਿਣ ਆਇਆ ਚਾਰ ਦਿਨ ਹੋਰ ਪਤਾ ਤਾਂ ਲੱਗ ਹੀ ਗਿਆ ਇੱਕ ਦੋ ਘਰਾਂ ਦਾ ਤੈਨੂੰ ਪਤਾ ਹੁਣ ਗੱਡੀ ਲੈ ਕੇ ਗਏ ਸੀ ਦਫਾ ਹੁਣ ਪਰਾਂ ਪਤਾ ਲੱਗ ਗਿਆ ਸੁਣ ਬੂੜਾ ਪਤਾ ਕਿੰਨਾ ਹਰਾਮੀਆਂ ਬੂੜਾ ਕਹਿੰਦਾ ਬੁੜੀ ਨੂੰ ਤੇਤੋਂ ਨਹੀਂ ਇਹ ਲੋਟ ਆਉਂਦੀਆਂ ਕਹਿੰਦਾ ਇਹਨਾਂ ਦੀ ਤਾਂ ਮੈਂ ਲੱਤਾਂ ਭੰਨੂਗਾ ਲੈ ਸ਼ਰਮ ਨਹੀਂ ਆਉਂਦੀ ਇਹਨੂੰ ਆਪਣੇ ਬਾਪੂ ਨੇ ਕਦੇ ਤੈਨੂੰ ਐ ਬੋਲਿਆ ਉਹਦਾ ਗਲਤ ਕਰ ਲਿਆ ਉਹਦੀ ਸਭ ਸ਼ਰਮ ਮੰਨਣੀ ਚਾਹੀਦੀ ਆ ਮਾਸੜ ਜੀ ਤਾਂ ਗਲਤ ਇੰਨਾ ਗੰਦ ਪੱਕਦਾ ਸ਼ਰਮ ਨਹੀਂ ਹੈਗੀ ਕੰਜਰ ਨੂੰ ਚਲ ਕੋਈ ਨਹੀਂ ਤੁਸੀਂ ਆਰਾਮਦਾਰੀ ਨਾਲ ਬੈਠੋ ਮੈਂ ਰੋਟੀ ਤਿਆਰ ਕਰਦੀ ਆ ਨਾਲੇ ਫਿਰ ਦੁੱਧ ਪੀ ਲਓ ਜਮਾ ਕੋਈ ਨਾ ਭਾਬੀ ਨਹੀਂ ਮੇਰੀ ਗੱਲ ਸੁਣ ਛੋਟੀ ਐ ਆਪਾਂ ਨਾ ਆਪਣੀ ਜਿਹੜੀ ਉਹ ਟੋਬੇ ਕੋਲ ਸਹੇਲੀ ਨਹੀਂ ਹੈਗੀ ਉਹਨੂੰ ਮਿਲ ਕੇ ਆਵਾਂਗੇ ਨਾਲੇ ਵਧੀਆ ਦੋ ਚਾਰ ਦਿਨ ਪਿੰਡਾਂ ਦੇ ਵਿੱਚ ਘੁੰਮਾਂਗੇ ਨਹੀਂ ਆਪਦੇ ਪਿੰਡ ਦੇ ਘੁੰਮਵੇਂ ਸੀਗੇ ਨਜ਼ਾਰਾ ਹੀ ਆ ਜਾਂਦਾ ਸਾਰਾ ਤੇ ਮੇਰੀ ਗੱਲ ਸੁਣ ਨਾਲੇ ਉਹਨੂੰ ਸੂਟ ਦੇ ਆਵਾਂਗੇ ਉਹੀ ਸੀ ਦੂੰਗੀ ਨਹੀਂ ਬਸ ਆਪਾਂ ਹੀ ਸਿਉਂ ਲਾਂਗੇ ਕਾਹਨੂੰ 400 ਰੁਪਇਆ ਦੇਣਾਗਾ ਆਪਾਂ ਕੀ ਕਰਨਾ ਘਰੇ ਬੈਠੀਆਂ ਆਪਾਂ ਕਿਹੜਾ ਉਰੇ ਕੋਈ ਕੰਮ ਕਰਨਾ ਭਾਬੀ ਆਪੀ ਕਰ ਲਿਆ ਕਰ ਚੱਲ ਸਵੇਰੇ ਕੱਟ ਲਾਂਗੇ ਨਹੀਂ ਬਹਿ ਕੇ ਹੈ ਨਾ ਜੀ ਹਾਂ ਚੱਲ ਠੀਕ ਹੈ ਚੰਗਾ ਲੈ ਭੜਿਆ ਦੂਜਾ ਲਫਾਫਾ ਫੜਾ ਦੇ ਮੈਂ ਰੱਖ ਦਿੰਦਾ ਹੂੰ ਮੈਂ ਮਰ ਜਾ ਦੇਖੀ ਆਈਆਂ ਤਾਂ ਘਰੋਂ ਲੜਾਈ ਚ ਨੇ ਸੂਟ ਨਹੀਂ ਆਪਦੇ ਫੁੱਲੀਆਂ ਗੱਲ ਸੂਟਾਂ ਦੀ ਇੱਕ ਗੱਲ ਨਹੀਂ ਦੱਸੀ ਵੀ ਕੀ ਗੱਲ ਸੀਗੀ ਪਤਾ ਨਹੀਂ ਆ ਚਾਚੇ ਤੇ ਮਾਂ ਦੇ ਦਿਮਾਗ ਦੇ ਵਿੱਚ ਕੀ ਭਰਿਆ ਮਾੜਾ ਜਿਹਾ ਫੋਨ ਆ ਜਾਂਦਾ ਉਸੇ ਟਾਈਮ ਉੱਡ ਲੈਂਦੇ ਨੇ ਮਗਰੀਆ ਰਾਜ ਨੂੰ ਲਾ ਰੱਖਿਆਗਾ ਵੀ ਭਲਾ ਦੱਸ ਮਾੜੀਆਂ ਮਾੜੀਆਂ ਗੱਲਾਂ ਤੇ ਪੇਕੇ ਕੁੜੀਆਂ ਦੇ ਸਹੁਰੇ ਜਾਂਦੇ ਹੁੰਦੇ ਨੇ 40 ਫੋਨ ਲਾ ਲਏ ਆ ਗਈਆਂ ਕੁੜੀਆਂ ਆ ਗਈਆਂ ਕੁੜੀਆਂ ਚਲੋ ਆਪਾਂ ਤਾਂ ਕੀ ਲੈਣਾ ਆਪਣੀ ਕਿਹੜਾ ਕੁਛ ਹੁੰਦਾ ਹਾਂਜੀ ਸਤਿ ਸ੍ਰੀ ਅਕਾਲ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਦਿੱਤੀ ਬੈਲ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ